55 ਲੱਖ ਰੁਪਏ ਜੁਰਮਾਨਾ ਜਾਂ ਮੌਤ ਦੀ ਸਜ਼ਾ। ਦੁਬਈ ਚ ਬੁਰਾ ਫਸਿਆ ਪੰਜਾਬੀ ਨੌਜਵਾਨ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਨੌਜਵਾਨ ਦੁਬਈ ਗਿਆ ਸੀ ਤੇ ਦੁਬਈ ਦੇ ਵਿੱਚ ਇਸ ਕਦਰ ਬੁਰਾ ਫਸ ਚੁੱਕਿਆ ਹੈ ਕਿ ਹੁਣ ਇਸ ਦੀ ਜਾਨ ਨੂੰ ਵੀ ਖਤਰਾ ਹੈ। ਜੇਕਰ ਇਸ ਨੇ 50 ਲੱਖ ਰੁਪਏ ਨਾ ਭਰੇ ਤਾਂ ਇਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਏਗੀ। ਦਰਅਸਲ 5 ਸਾਲ ਪਹਿਲਾਂ ਦੁਬਈ ਗਏ ਇਸ ਨੌਜਵਾਨ ਦੇ ਵੱਲੋਂ ਗੱਡੀ ਚਲਾਉਂਦਿਆਂ ਇੱਕ ਐਕਸੀਡੈਂਟ ਹੋ ਜਾਂਦਾ ਹੈ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਦੁਬਈ ਦੀ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਅਦਾਲਤ ਦੇ ਵੱਲੋਂ ਇਸ ਨੂੰ ਇਹ ਸਜ਼ਾ ਸੁਣਾਈ ਜਾਂਦੀ ਹੈ ਕਿ ਜਾਂ ਤਾਂ 50 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਏਗਾ ਤੇ ਜਾਂ ਫਿਰ ਮੌਤ ਦੀ ਸਜ਼ਾ ਮਿਲੇਗੀ। ਇਸ ਨੌਜਵਾਨ ਦੀ ਮਾਂ ਵਿਧਵਾ ਹੈ ਤੇ 1500 ਰੁਪਿਆ ਮਹੀਨੇ ਦੀ ਪੈਨਸ਼ਨ ਤੇ ਆਪਣਾ ਗੁਜ਼ਾਰਾ ਕਰਦੀ ਹੈ। ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਉਸਨੇ ਦੁਬਈ ਭੇਜਿਆ ਸੀ, ਪਰ ਉੱਥੇ ਹੁਣ ਇਸ ਕਦਰ ਬੁਰਾ ਫਸ ਚੁੱਕਿਆ ਇਹ ਨੌਜਵਾਨ ਕਿ ਜਦ ਤੱਕ 50 ਲੱਖ ਰੁਪਏ ਨਾ ਭਰੇ ਤਾਂ ਉਸਦੇ ਪੁੱਤ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਏਗੀ। ਇਸ ਨੂੰ ਲੈ ਕੇ ਹੁਣ ਮਾਂ ਦੇ ਵੱਲੋਂ ਲੋਕਾਂ ਦੇ ਅੱਗੇ ਅਪੀਲ ਕੀਤੀ ਜਾ ਰਹੀ ਹੈ, ਸਰਕਾਰ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਉਸਦੀ ਮਦਦ ਕੀਤੀ ਜਾਏ। ਵਿਧਵਾ ਮਾਂ ਨੇ ਦੱਸਿਆ ਹੈ ਕਿ ਉਸਦਾ ਪੁੱਤ 5 ਸਾਲ ਪਹਿਲਾਂ ਦੁਬਈ ਗਿਆ ਸੀ, 3 ਸਾਲ ਬਾਅਦ ਉਹ ਵਾਪਸ ਪਰਤਿਆ ਸੀ ਅਤੇ ਵਾਪਸ ਆ ਕੇ ਉਸਨੇ ਵਿਆਹ ਕਰਾਇਆ, ਫਿਰ ਦੁਬਈ ਚਲਾ ਗਿਆ। ਵਿਆਹ ਤੋਂ ਬਾਅਦ ਜਦੋਂ ਇਹ ਨੌਜਵਾਨ ਵਾਪਸ ਗਿਆ ਤਾਂ ਉਸਦੇ ਕੋਲੋਂ ਗੱਡੀ ਚਲਾਉਂਦੇ ਐਕਸੀਡੈਂਟ ਹੋ ਜਾਂਦਾ ਹੈ, ਜਿਸ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਜਾਂਦੀ ਹੈ। ਦੁਬਈ ਦੀ ਪੁਲਿਸ ਇਸ ਨੂੰ ਫੜ ਕੇ ਲੈ ਜਾਂਦੀ ਹੈ ਤੇ ਅਦਾਲਤ ਚ ਪੇਸ਼ ਕੀਤਾ ਜਾਂਦਾ ਹੈ ਤਾਂ ਅਦਾਲਤ ਦੇ ਵੱਲੋਂ 50 ਲੱਖ ਰੁਪਏ ਦਾ ਜੁਰਮਾਨਾ ਜਾਂ ਮੌਤ ਦੀ ਸਜ਼ਾ ਦੇਣ ਦਾ ਫੈਸਲਾ ਸੁਣਾਇਆ ਜਾਂਦਾ ਹੈ। ਹੁਣ ਇਹ ਵਿਧਵਾ ਮਾਂ 50 ਲੱਖ ਰੁਪਏ ਚਾਹੁੰਦੀ ਹੈ ਇਕੱਠਾ ਕਰਨਾ ਤਾਂ ਜੋ ਆਪਣੇ ਪੁੱਤ ਨੂੰ ਬਚਾ ਸਕੇ ਤੇ ਵਾਪਸ ਲਿਆ ਸਕੇ। ਜਲੰਧਰ ਦੇ ਕਸਬਾ ਮਲਸੀਆਂ ਦੇ ਅਧੀਨ ਆਉਂਦੇ ਪਿੰਡ ਬਿੱਲੀ ਬੜੇਚ ਦਾ ਇਹ ਰਹਿਣ ਵਾਲਾ ਨੌਜਵਾਨ ਹੈ, ਜਿਸ ਦੀ ਵਿਧਵਾ ਮਾਂ ਨੇ ਕਰਜ਼ਾ ਚੁੱਕ ਕੇ ਉਸਨੂੰ ਦੁਬਈ ਭੇਜਿਆ ਸੀ ਉਸਦੇ ਚੰਗੇ ਭਵਿੱਖ ਦੇ ਲਈ, ਪਰ ਹੁਣ ਤਾਂ ਜਾਣ ਤੇ ਪਾਣਾ ਹੀ ਹੈ, ਜਿਸ ਲਈ ਮਾਂ ਹੁਣ ਲੋਕਾਂ ਅੱਗੇ ਝੋਲੀ ਅੱਡ ਕੇ ਮਦਦ ਦੀ ਗੁਹਾਰ ਲਗਾ ਰਹੀ ਹੈ। ਗੁਰਦੁਆਰਾ ਸ਼੍ਰੀ ਸੈਰਦਾਨਾ ਸਾਹਿਬ ਦੇ ਸੰਤ ਬਾਬਾ ਗੁਰਮੀਤ ਸਿੰਘ ਨੇ ਵੀ ਇਸ ਵਿਧਵਾ ਮਾਂ ਦੇ ਹੱਕ ਵਿੱਚ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਜਿੰਨਾ ਹੋ ਸਕੇ ਇਸ ਮਾਂ ਦੀ ਮਦਦ ਕੀਤੀ ਜਾਏ ਤਾਂ ਜੋ ਆਪਣੇ ਪੁੱਤ ਨੂੰ ਵਾਪਸ ਲਿਆ ਸਕੇ। ਜਿੱਦਾਂ ਗੱਡੀ ਲਈ ਜਾਂਦਾ ਸੀ ਤਾਂ ਪਤਾ ਨਹੀਂ ਕੁਛ ਬਣਾਉਂਦੇ ਸੀ ਗੱਡੀ ਸੜਕ ਦੇ ਵਿੱਚ, ਉਹ ਐਕਸੀਡੈਂਟ ਹੋ ਗਿਆ ਜੀ, ਮੁੰਡਾ ਮੁੱਕ ਗਿਆ ਸੀ ਇਹਦੇ ਕੋਲੋਂ ਜੀ। ਉਹ ਪਾਕਿਸਤਾਨ ਦਾ ਸੀ ਜੀ, ਪਾਕਿਸਤਾਨ ਦਾ ਸੀ ਜੀ, ਉਹ ਥਾਂ ਹੀ ਮੁੱਕ ਗਿਆ। ਉਹ ਜਿੱਦਾਂ ਸੜਕ ਬਣਾਉਂਦੇ ਸੀ ਨਾ ਉਹ ਪਾਸੇ ਹੋਏ, ਪਤਾ ਨਹੀਂ ਲੱਗਾ ਵੀ ਨਾ ਇਹਨੂੰ ਪਤਾ ਲੱਗਾ ਤਾਂ ਮਹਾਰਾਜ ਨੂੰ ਪਤਾ ਹੁਣ ਵੀ ਕੀ ਗੱਲ ਬਣੀ। ਹਾਂਜੀ ਡਰਾਈਵਰੀ ਕਰਦਾ ਸੀ। ਸੁਖਚੈਨ ਸਿੰਘ ਜੀ। ਦੁਬਈ ਚ ਉਹਨੂੰ ਜੀ 5 ਸਾਲ ਹੋ ਹੀ ਗਏ ਹੁਣ, 2 ਸਾਲ ਤੇ ਆ ਚਾਂਸ ਹੋਏ ਨੂੰ ਹੋ ਚੱਲੇ ਆ, ਤੇ 3 ਮਹੀਨੇ 2 ਸਾਲ ਹੋ ਜਾਣੇ ਪੂਰੇ। 31 ਮਾਰਚ ਨੂੰ ਗੱਡੀ ਲੱਗੀ ਆ, 10ਵੇਂ ਮਹੀਨੇ ਆਇਆ ਸੀ, 11ਵੇਂ ਮਹੀਨੇ ਵਿਆਹ ਕੀਤਾ 18 ਚ, ਤੇ 3 ਮਹੀਨੇ ਮੁੜ ਕੇ ਗਾ ਗੱਡੀ ਲੱਗ ਗਈ। ਜਦੋਂ ਲੜਕੀ ਨੂੰ ਹੋਈ ਤੇ ਤੁਸੀਂ ਫਿਰ ਕਿਹਨਾਂ ਨਾਲ ਗੱਲਬਾਤ ਕੀਤੀ, ਸਰਕਾਰ ਦੇ ਕਿਸੇ ਦੀ ਨੁਮਾਇੰਦੇ ਨਾਲ ਗੱਲ ਕੀਤੀ? ਨਹੀਂ ਜੀ, ਨਹੀਂ ਕੀਤੀ, ਗਏ ਨਹੀਂ ਕਿਤੇ ਵੀ। ਜੇ ਪੈਸੇ ਨਹੀਂ ਭਰਦੇ ਫੇਰ ਕਰ ਸਕਦੇ, ਕੁਛ ਵੀ ਕਰ ਸਕਦੇ ਆ ਜੀ, ਕੁਛ ਵੀ ਕਰ ਸਕਦੇ ਜੇ ਪੈਸੇ ਨਹੀਂ ਭਰਦੇ। ਹਾਂਜੀ, ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਏਦਾਂ ਗਰੀਬ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਆ,
ਤੇ ਮਿਲੋਗੇ ਤੁਸੀਂ ਸਰਕਾਰ ਨੂੰ? ਨਹੀਂ ਮੈਂ ਇਕੱਲੀ ਨੇ ਕੀ ਸਰਕਾਰ ਨੂੰ ਮਿਲਣਾ, ਕਿੱਦਾਂ ਇੱਦਾਂ ਰਹਿਣ ਵਾਲੇ ਕਿੱਥੇ ਦੇ ਤੁਸੀਂ? ਅਸੀਂ ਬਿੱਲੀ ਪੜਾਇਚ ਦੇ ਜੀ। ਇਹ ਕਿੱਥੇ ਪੈਂਦਾ? ਇਹ ਮਨਸੀਆਂ ਲੱਗੇ ਪੈਂਦਾ ਜੀ। ਸਾਡੇ ਗੁਰਦਾਸ ਸਾਹਿਬ ਵਿਖੇ ਗ੍ਰੰਥੀ ਸੇਵਾ ਕਰਦੇ ਸੀ ਭਾਈ ਗੁਰਮੁਖ ਸਿੰਘ ਜੀ, ਉਹਨਾਂ ਦਾ ਇੱਕ ਬੇਟਾ, ਉਹਦਾ ਨਾਂ ਸੁਖਚੈਨ ਸਿੰਘ। ਸੋ ਭਾਈ ਗੁਰਮੁਖ ਸਿੰਘ ਜੀ ਕੁਝ ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਆ। ਉਹਨਾਂ ਬੇਟਾ ਜਿਹੜਾ ਉਹਨਾਂ ਦੀ ਘਰਵਾਲੀ ਨੇ ਬੀਬੀ ਨਵਜੋਤ ਕਰ ਨੇ ਪੈਸੇ ਇਕੱਠੇ ਕਰਕੇ ਰੇਸ਼ਮ ਤੋਂ ਲੈ ਕੇ ਅਤੇ ਮਦਦ ਕੀਤੀ ਅਤੇ ਉਹਨਾਂ ਨੂੰ ਬਾਹਰ ਭੇਜਤਾ ਦੁਬਈ। ਦੁਬਈ ਉਹ 3 ਸਾਲ ਲਾ ਕੇ ਵਾਪਸ ਆਇਆ, ਉਹਦਾ ਵਿਆਹ ਕੀਤਾ ਬੜੀ ਖੁਸ਼ੀ ਨਾਲ। ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ 15-20 ਦਿਨ ਬਾਅਦ ਦੁਬਈ ਚਲਾ ਗਿਆ ਅਤੇ ਉਸ 'ਤੇ ਜਾ ਕੇ ਫਿਰ ਗੱਡੀ ਚਲਾਉਂਦਾ ਸੀ ਜੋ ਗੱਡੀ ਲੈ ਕੇ ਜਾਂਦਾ ਸੀਗਾ ਅਤੇ ਰਸਤੇ ਵਿੱਚ ਮਤਲਬ ਕੋਈ ਰੋਡ ਬਣਦਾ ਜਾਂ ਕੀ ਹੋਇਆ ਅਚਾਨਕ ਕੋਈ ਬੰਦਾ ਪਾਕਿਸਤਾਨੀ ਬੰਦਾ ਸੀ ਉਹ ਗੱਡੀ ਥੱਲੇ ਆ ਗਿਆ, ਉਹਦੀ ਮੌਤ ਹੋ ਗਈ। ਫਿਰ ਇਹਨੂੰ ਫੜ ਕੇ ਜੇਲ੍ਹ 'ਚ ਪਾਤਾ, ਜੇਲ੍ਹ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੀ ਬਲੱਡ ਮਨੀ ਭਰਨੀ ਪੈਣੀ ਆ। ਇਹਨੂੰ ਬਲੱਡ ਮਨੀ ਪੈ ਗਈ ਆ ਸਮਝੋ ਤਕਰੀਬਨ 2,10,000 ਦਰਾਮ, ਇੰਡੀਆ ਦੇ ਹਿਸਾਬ ਨਾਲ 50 ਲੱਖ ਰੁਪਈਆ। ਉਹਦੇ ਵਾਸਤੇ ਅਸੀਂ ਸਾਰੀ ਸੰਗਤਾਂ ਨੂੰ, ਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਭਾਈ ਇਹਦੀ ਮਦਦ ਕਰਨੀ ਆਪਾਂ। ਇੱਕੋ ਇੱਕ ਜ਼ਿੰਦਗੀ ਦਾ ਸਹਾਰਾ, ਹੋਰਿਆਂ ਦੇ ਪਾਸ ਕੋਈ ਜ਼ਮੀਨ ਨਹੀਂ, ਜਾਇਦਾਦ ਨਹੀਂ, ਸਿਰਫ ਕੇਵਲ ਘਰ ਹੀ ਹੈ ਨਾ ਕੋਈ। ਸਰਕਾਰ ਨਾਲ ਗੱਲ ਨਹੀਂ ਕੀਤੀ ਜੀ ਅਸੀਂ ਤਾਂ, ਮਤਲਬ ਅਸੀਂ ਸਾਨੂੰ ਪਤਾ ਵੀ ਜੋ ਸੰਗਤ ਮਦਦ ਬੜੀ ਕਰਦੀ ਆ, ਚਲੋ ਸੰਗਤ ਨੂੰ ਕਹਿੰਦੇ ਹਾਂ, ਬਾਕੀ ਸਰਕਾਰ ਨਾਲ ਵੀ ਕਰਾਂਗੇ। ਨਹੀਂ ਜੀ, ਬਹੁਤ ਸਾਰੇ ਲੋਕ ਆ ਜਿਹੜੇ ਸਰਕਾਰਾਂ ਨਾਲ ਗੱਲ ਕਰਦੇ ਆ, ਸਾਡੇ ਹੋਰ ਵੀ ਅਸੀਂ ਲਾਗੇ ਲਾਗੇ ਦੇਖੇ ਆ, ਕਦੇ ਵੀ ਮਤਲਬ ਸਰਕਾਰਾਂ ਸ਼ਹੀਦੀ ਕੀਤੀਆਂ ਹੱਥ ਨਹੀਂ ਪੜਾਉਂਦੀਆਂ, ਫਲਾਂ ਨਹੀਂ ਪੜਾਉਂਦੀਆਂ। ਹਾਂ, ਗੱਲਾਂ ਨੇ ਕਹਿੰਦੇ ਅਸੀਂ ਕਰਾਂਗੇ, ਅਸੀਂ ਇਹ ਕਰਾਂਗੇ, ਉਹ ਕਰਾਂਗੇ, ਪਰ ਸਰਕਾਰਾਂ ਮਦਦ ਨਹੀਂ ਕਰਦੀਆਂ। ਸਾਡੀ ਸੰਗਤ ਬਹੁਤ ਮਦਦ ਕਰਦੀ ਬਾਹਰ ਦੇਸ਼ਾਂ ਦੀ। ਲੜਕੀ ਨੂੰ ਸਜ਼ਾ ਕੀ ਦਿੱਤੀ ਗਈ ਹੈ? ਸਜ਼ਾ ਉਹਨੂੰ ਦਿੱਤੀ ਗਈ ਆ, ਉਹਨੂੰ ਆਖਿਆ ਵੀ ਇਹ ਜਿਹੜੀ ਬਲੱਡ ਮਨੀ ਤੈਨੂੰ ਭਰਨੀ ਪੈਣੀ ਆ, ਕਿਉਂਕਿ ਉਹ ਜੋ ਉਹਨਾਂ ਰੂਲ ਹੈ ਜੋ ਉਹਨਾਂ ਕਹਿਤਾ ਨਾ ਉਹਦੇ ਮੁਤਾਬਕ ਉਹਨਾਂ ਕਰਨਾ, ਉੱਥੇ ਢਿੱਲ ਕੋਈ ਨਹੀਂ, ਨਾ ਸੁੱਕ ਵੱਢੀ ਆ ਨਾ ਕੋਈ ਢਿੱਲਿਆ। ਹਾਂ, ਹੋ ਸਕਦਾ ਫਿਰ ਸਜ਼ਾ ਕਰ ਦੇਣਗੇ, ਕੁਛ ਵੀ ਕਰ ਸਕਦੇ ਆ, ਸਜ਼ਾ ਵੀ ਕਰ ਸਕਦੇ ਆ, ਹੋਰ ਵੀ ਕੋਈ ਉਹਦੇ ਸਾਨੂੰ ਉੱਥੇ ਕਾਰਵਾਈ ਕਰ ਸਕਦੇ ਆ। ਸਜ਼ਾ ਹੋਏ ਨੂੰ ਮੇਰਾ ਖਿਆਲ ਹੁਣ 2 ਸਾਲ ਹੋ ਗਏ ਆ ਜੀ, 2 ਸਾਲ ਹੋ ਗਏ, ਹੁਣ 2 ਸਾਲ ਤੋਂ ਉੱਥੇ ਆ। ਦੋ ਸਾਲ ਤੋਂ ਸਰਕਾਰ ਨਾਲ ਟਾਈ ਅਪ ਨਹੀਂ ਕੀਤਾ? ਨਹੀਂ, ਸਰਕਾਰ ਨਾਲ ਅਸੀਂ ਨਹੀਂ ਕੀਤਾ।